ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ਤੋਂ ਦਿੱਲੀ ਦੇ ਲਈ ਉਡਾਨ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਲਈ ਸਰਕਾਰ ਦਾ ਜਿੱਥੇ ਵਪਾਰੀਆਂ ਨੂੰ ਧੰਨਵਾਦ ਕੀਤਾ, ਉੱਥੇ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਇਹ ਉਡਾਨ ਹਫ਼ਤੇ ਵਿੱਚ 2 ਵਾਰ ਹੋਵੇਗੀ। ਲੁਧਿਆਣੇ ਨੂੰ ਬਹੁਤ ਵੱਡੇ ਚਿਰ ਤੋਂ ਉਡੀਕ ਸੀ, 3 ਸਾਲ ਤੋਂ ਦੁਬਾਰਾ ਫਲਾਈਟ ਹੋ ਗਏ ਸੀ, ਬੰਦ ਹੋਏ ਨੇ। ਪਰ ਜਦੋਂ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਆ, ਚੀਫ ਮਿਨਿਸਟਰ ਬਣੇ ਆ, ਅਸੀਂ ਸਾਰੇ ਲੁਧਿਆਣੇ ਵਾਲਿਆਂ ਕੋਲ ਵਾਰ ਵਾਰ ਜਾ ਕੇ ਉਹਨਾਂ ਨੂੰ ਕਿਹਾ ਸੀ ਵੀ ਉਡਾਨ ਦੇ ਤਹਿਤ ਖਾਸ ਤੌਰ 'ਤੇ ਬਿਡਿੰਗ ਹੋਈ ਆ ਅਤੇ ਉਹਦੇ ਵਿੱਚ ਲੁਧਿਆਣਾ ਦੇ ਲਈ ਏਅਰਲਾਈਨਸ ਨੇ ਅਤੇ ਖਾਸ ਤੌਰ 'ਤੇ ਏਅਰ ਡੈਕਰ ਨੇ, ਦੋਨਾਂ ਨੇ ਬਿਡਿੰਗ 'ਚ ਦੋਨੋਂ ਲੁਧਿਆਣੇ ਦੀਆਂ ਉਹਨਾਂ ਨੇ ਫਲਾਈਟਾਂ ਦਾ ਰੂਟ ਆ ਜਿਹੜਾ ਉਹਨਾਂ ਨੇ ਹਾਸਲ ਕੀਤਾ। ਅਤੇ ਹੁਣ ਖਾਸ ਤੌਰ 'ਤੇ ਉਹ ਪ੍ਰਬੰਧ ਉਰੇ ਹੋ ਚੁੱਕੇ ਆ, ਜਿਹੜਾ ਇਹ ਉਹ ਮਸ਼ੀਨਰੀ ਲੱਗ ਚੁੱਕੀ ਹੈ ਜਿਹਦੇ ਨਾਲ ਵਿਜ਼ੀਬਿਲਟੀ ਦੀ, ਅੱਜ ਹੀ ਮੈਂ ਪਾਇਲਟ ਸਵਾਨਾਂ ਨਾਲ ਗੱਲ ਕਰ ਰਿਹਾ ਸੀ ਵੀ ਕੋਈ ਹੁਣ ਸਾਨੂੰ ਵਿਜ਼ੀਬਿਲਟੀ ਦੀ ਪ੍ਰੋਬਲਮ ਨਹੀਂ ਗੀ। ਦੂਜੀ ਗੱਲ, ਜਦੋਂ ਵੀ 50% ਤੋਂ ਸੀਟਾਂ ਘੱਟ ਹੋ ਜਾਂਦੀਆਂ ਸੀ ਤਾਂ ਉਦੋਂ ਏਅਰਲਾਈਨ ਨੂੰ ਘਾਟਾ ਪੈਣ ਲੱਗ ਜਾਂਦਾ ਸੀ। ਅਤੇ ਇਸ ਕਰਕੇ ਅੱਜ ਫੈਸਲਾ ਕੀਤਾ ਸੈਂਟਰ ਅਤੇ ਸਟੇਟ ਗਵਰਨਮੈਂਟ ਨੇ ਮਿਲ ਕੇ ਵੀ ਜੇ 50% ਤੋਂ ਸੀਟਾਂ ਜਿੱਦਣ ਬੁਕਿੰਗ ਘੱਟ ਹੋਏਗੀ, ਸਵਾਰੀਆਂ ਮੁਸਾਫਰ ਘੱਟ ਹੋਣਗੇ, ਉਹ 50% ਤੋਂ ਜਿੰਨੀਆਂ ਵੀ ਸੀਟਾਂ ਘਟਣਗੀਆਂ ਉਹ 'ਚ 80% ਉਹ ਸੈਂਟਰ ਗਵਰਨਮੈਂਟ ਸ਼ੇਅਰ ਪਾਏਗੀ, 20% ਸ਼ੇਅਰ ਆ ਜਿਹੜਾ ਉਹ ਸਟੇਟ ਗਵਰਨਮੈਂਟ ਪਾਏਗੀ। ਇਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਐਗਰੀਮੈਂਟ ਸਾਈਨ ਕੀਤਾ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਰਾਕੇਸ਼ ਗਰਗ ਦੀ ਰਿਪੋਰਟ, ਚੈਨਲ 2।